हलचल टीवी न्यूज। कोरोना वायरस की महामारी के दौरान जिथे पूरे देश विच दहशत का माहौल है, उथे ही पिंड मोरावाली के हरभजन सिंह की कोरोना मौत तो बाद हरभजन सिंह के परिवारक मैंबर भी कोरोना पॉजिटिव पाए गए ने अते मोरावाली अते बाकी के आस पास के पिंड नूं सील कर दिता गया अते सारे पिंडां विच डर का माहौल पसरिया होया। इसके नाल ही मोरावाली के नाल पेंदे पिंड मोसी तो बहुत ही वधिया खबर सामने आई है, जिथे मोरावाली के नाल पेंदे पिंड का माहौल 12 ਘਰਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ ਵੱਖ-ਵੱਖ 12 ਘਰਾਂ ਵਿੱਚ ਬੱਚਿਆਂ ਨੇ ਜਨਮ ਲਿਆ। ਇਸ ਬਾਰੇ ਦੇ ਬੱਚੇ ਦੇ ਮਾਤਾ-ਪਿਤਾ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਇਸ ਕੋਰੋਨਾ ਵਾਇਰਸ ਦੇ ਜਿਹੜੀ ਮਹਾਮਾਰੀ ਫੈਲੀ ਹੋਈ ਇਹਦੇ ਵਿੱਚ ਤੁਹਾਡੇ ਘਰ ਇੱਕ ਨਵਾਂ ਜੀਵ ਜਨਮ ਲਿਆ, ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਔਰ ਕੀ ਤੁਹਾਡਾ ਐਕਸਪੀਰੀਅੰਸ ਸੀਗਾ? ਐਕਸਪੀਰੀਅੰਸ ਜੀ ਦਹਿਸ਼ਤ ਸੀਗੀ, ਡਰ ਸੀ ਸਭ ਨੂੰ, ਸਾਨੂੰ ਵੀ ਸੀਗਾ ਜੀ। ਸਾਡੇ ਘਰ ਹੁਣ ਪਰਮਾਤਮਾ ਨੇ ਬੱਚਾ ਦਿੱਤਾ, ਅਸੀਂ ਬਹੁਤ ਖੁਸ਼ ਹਾਂ, ਸਾਨੂੰ ਕੋਈ ਡਰ ਨਹੀਂ ਸੀ, ਬਸ ਇਹੀ ਸੀ ਕਿ ਸਾਡਾ ਬੱਚਾ ਸੇਫ ਰਹੇ। ਅਸੀਂ ਪਿੰਡ ਪੋਸੀ ਹੋਸਪਿਟਲ ਸਰਕਾਰੀ ਵਿੱਚ ਗਏ, ਉਹਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਸਾਡਾ ਬੱਚਾ ਵੀ ਸੇਫ ਆ, ਅਸੀਂ ਵੀ ਸੇਫ ਹਾਂ। ਸ਼ੁਕਰੀਆ, ਧੰਨਵਾਦ। ਸਾਨੂੰ ਬਹੁਤ ਵਧੀਆ ਲੱਗਾ ਜੀ, ਸਾਡੇ ਘਰ ਬੇਟੀਆਂ ਨੇ ਜਨਮ ਲਿਆ। ਤਾਂ ਕੋਰੋਨਾ ਵਾਇਰਸ ਦੀ ਪ੍ਰੋਬਲਮ ਨਾਲ ਸਾਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਸੀ ਕਿ ਸਾਡਾ ਕੇਸ ਪਤਾ ਨਹੀਂ ਕਿਸ ਤਰ੍ਹਾਂ ਹੈਂਡਲ ਹੋਏਗਾ। ਹਾਂਜੀ, ਸਾਨੂੰ ਬਹੁਤ ਵਧੀਆ ਟ੍ਰੀਟ ਕੀਤਾ ਉਹਨਾਂ ਨੇ। ਹਾਂਜੀ, ਕੇਸ ਸਾਡਾ ਵਧੀਆ ਹੋ ਗਿਆ, ਪਰਮਾਤਮਾ ਦਾ ਸ਼ੁਕਰ ਹੈ ਕਿ ਇਸ ਟਾਈਮ 'ਤੇ ਸਾਡੇ ਬੇਟੀਆਂ ਸਾਡੇ ਕੋਲ ਸੇਫ ਆ ਪੂਰੀ ਤਰ੍ਹਾਂ। ਸਰ, ਇਹਦੇ ਬਾਰੇ ਮੈਂ ਇਹੀ ਕਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਮੇਰੇ ਪੂਰੇ ਬਲੋਕ ਦੇ ਜਿਹੜਾ ਸਟਾਫ ਆ, ਖਾਸ ਤੌਰ 'ਤੇ ਮੈਡੀਕਲ ਔਫੀਸਰ, ਸਟਾਫ ਨਰਸਿਸ ਔਰ ਬਾਕੀ ਵਾਰਡ ਅਟੈਂਡੈਂਟ ਵਗੈਰਾ, ਇਹਨਾਂ ਦੀ ਮਿਹਨਤ ਆ ਜੋ 24 ਘੰਟੇ ਇਹਨਾਂ ਨੇ ਡਿਊਟੀ ਕੀਤੀ ਔਰ COVID-19 ਦੇ ਨਾਲ ਲੜਾਈ ਦੇ ਨਾਲ ਨਾਲ ਜੋ ਬਾਕੀ ਜ਼ਰੂਰੀ ਸੇਵਾਵਾਂ ਸੀ ਉਹਨਾਂ ਨੂੰ ਵੀ ਅੰਜਾਮ ਦਿੰਦੇ ਰਹੇ ਔਰ ਇਹਨਾਂ ਨੇ ਇਸ ਸਮੇਂ ਦੌਰਾਨ ਹੁਣ ਤੱਕ 12 ਡਿਲੀਵਰੀਜ਼ ਕੀਤੀਆਂ ਔਰ ਉਹਨਾਂ ਦੇ ਵਿੱਚੋਂ 11 ਪੇਸ਼ੈਂਟ, ਮਾਂ ਔਰ ਬੱਚਾ ਬਿਲਕੁਲ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਆ ਔਰ ਅੱਜ ਇੱਕ ਸਵੇਰੇ ਜੋ ਡਿਲੀਵਰੀ ਹੋਈ ਆ ਉਹ ਬੱਚਾ ਔਰ ਮਾਂ ਵਾਰਡ ਵਿੱਚ ਪਏ ਹੋਏ ਹਨ। ਇਸ ਤੋਂ ਇਲਾਵਾ ਇੱਕ ਡਿਲੀਵਰੀ ਹੋਰ ਆਈ ਹੋਈ ਹੈ ਜੋ ਕਿ ਸਾਡੇ ਲੇਬਰ ਰੂਮ ਦੇ ਵਿੱਚ ਇਸ ਵੇਲੇ ਪ੍ਰੈਜੈਂਟ ਹੈ ਔਰ ਇਸ ਨਾਲ ਬੜਾ ਸਕੂਨ ਮਿਲ ਰਿਹਾ ਕਿ ਅਸੀਂ ਲੋਕਾਂ ਨੂੰ COVID-19 ਨਾਲ ਲੜਾਈ ਕਰਦੇ ਕਰਦੇ ਬਾਕੀ ਦੇ ਜਿਹੜੀਆਂ ਹੋਰ ਸਿਹਤ ਸੁਵਿਧਾਵਾਂ ਆ ਉਹ ਵੀ ਲੋਕਾਂ ਨੂੰ ਪ੍ਰਦਾਨ ਕਰ ਰਹੇ ਹਾਂ।